ਹੈਲੋ ਗਾਇਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਬਲੌਗਸ ਪਲੈਨੇਟ। ਆਓ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਜੈ ਜਣਾ ਚੁੰਦਾ ਤੇਰਾ ਯਾਰ। ਹੋਰ ਸਾਰੇ ਭੈਣ ਭਰਾ ਕਿਵੇਂ ਹੋ? ਸਿੱਧਾ ਕਾਇਮ ਨੇ, ਸਤਿ ਸ੍ਰੀ ਅਕਾਲ ਜੀ। ਘੈਂਟ ਹੋ, ਠੰਡ ਤੋਂ ਬਚਾ ਰੱਖੋ। ਠੰਡ ਯਾਰ ਕਹਿੰਦੇ ਆ, ਆਉਂਦੀ ਠੰਡ ਤੇ ਜਾਂਦੀ ਠੰਡ ਨਾ ਖਰਾਬ ਕਰਦੀ ਆ। ਸੋ ਵੈਦਰ ਚੇਂਜ ਹੋ ਰਿਹਾ, ਵਿੱਚ ਹੀ ਗਰਮੀ ਜੀ ਹੋ ਜਾਂਦੀ ਆ, ਵਿੱਚ ਹੀ ਠੰਡ ਹੋ ਜਾਂਦੀ ਆ। ਸੋ ਬਾਕੀ ਮਾਫ਼ੀ, ਥੋੜ੍ਹੇ ਜਿਹੇ ਲੇਟ ਪ੍ਰੋਗਰਾਮ ਅਪਲੋਡ ਕਰਦੇ ਹਾਂ ਜਾਂ ਕੁਛ ਵੀ ਹੈ ਨਾ ਯਾਰ, ਕਰਦੇ ਹਾਂ ਕੰਟੀਨਿਊ। ਤੁਸੀਂ ਵੀਡੀਓ ਨੂੰ ਸ਼ੇਅਰ ਸਪੋਰਟ ਕਰਿਆ ਕਰੋ, ਲਾਈਕ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਜਦੋਂ ਇਹ ਚੀਜ਼ ਕਰੋਗੇ ਤਾਂ ਮੋਟੀਵੇਸ਼ਨ ਮਿਲੂਗੀ, ਉਹਦੇ ਨਾਲ ਆਪਾਂ ਜਲਦੀ ਤੋਂ ਜਲਦੀ ਵੀਡੀਓ ਅਪਲੋਡ ਕਰਨ ਲੱਗ ਜਾਂਦੇ। ਬਾਕੀ ਦੂਜਾ ਚੈਨਲ ਵੀ ਆ ਨਾ, ਉਹਦੇ ਤੇ ਵੀ ਧਿਆਨ ਦੇਣਾ ਹੁੰਦਾ ਵਾ, ਕਿਉਂਕਿ ਜਸਟਿਸ ਵਾਲੀ ਗੱਲ ਚੱਲਦੀ ਆ। ਉੱਧਰ ਜ਼ਿਆਦਾ ਧਿਆਨ ਦੇਣਾ ਪੈ ਜਾਂਦਾ ਵਾ। ਜੇ ਆਹ ਵੀਡੀਓ 'ਚ ਪਿਛਲੀਆਂ ਵੀਡੀਓ ਨਾਲ ਫਰਕ ਹੋਇਆ ਵਿਊ ਲਾਈਕਾਂ ਸਾਰਿਆਂ 'ਚ, ਤਾਂ ਫਿਰ ਨਾਲੋਂ ਨਾਲ ਵੀਡੀਓ ਆਏ। ਰੈਗੂਲਰ ਆਪਾਂ ਪ੍ਰੋਗਰਾਮ ਪਾਇਆ ਕਰਾਂਗੇ, ਡੇਲੀ ਦੋ ਦੋ ਵੀ ਚਾੜ ਦਿਆ ਕਰਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਪੱਕੀ ਜੇ ਤੁਸੀਂ ਸਪੋਰਟ ਕਰੋਗੇ ਤਾਂ, ਹਨਾ। ਸੋ ਬਾਕੀ ਥੰਬਨੇਲ ਸ਼ੋਅ ਹੋ ਰਿਹਾ ਇੱਥੇ, ਵਿਆਹ ਬਹੁਤ ਵਧੀਆ ਹੋ ਗਿਆ। ਇਹਦਾ ਵਿਆਹ ਬਹੁਤ ਵਧੀਆ ਹੋ ਗਿਆ, ਮਾਰਾ ਕਿਦਾਂ ਹੁੰਦਾ ਹੁੰਦਾ। ਵਿਆਹ ਬਹੁਤ ਵਧੀਆ ਹੋ ਗਿਆ, ਪਰ ਹਰਗੁਣ ਨੇ ਕੀਤਾ ਬਹੁਤ ਤੰਗ। ਇਹ ਵੀ ਬਾਬੇ ਤੋਂ ਘੱਟ ਨਹੀਂ ਹੈਗੇ, ਉਹ ਬਾਬਾ ਬਾ ਵੀ ਹੈ ਦੀਪਾ ਸੰਦੀਪਾ। ਇਹ ਮਤਲਬ ਟੌਪ ਕਲਾਸ ਟੋਪਾ, ਇਹ ਵੀ ਜੈਨੂਅਨ ਕਿਸਮ ਦਾ ਟੋਪਾ ਵਾ ਕਿ ਜਵਾਕ ਆ ਯਾਰ, ਕੀ ਜਵਾਕ, ਹਰਗੁਣ ਨੇ ਕੀਤਾ ਬਹੁਤ ਤੰਗ। ਜਵਾਕ ਦਾ ਕੀ ਪਾਈ ਜਾਂਦੇ ਤੁਸੀਂ, ਹੈ ਨਾ? ਜਵਾਕਾਂ ਦਾ ਕੰਟੈਂਟ ਜੰਮਿਆ ਇਹਨਾਂ ਨੇ, ਕੰਟੈਂਟ ਹੀ ਇਹਦੇ ਲਈ, ਹੋਰ ਕੀ ਆ। ਕੋਈ ਵੀਡੀਓ ਮਿਲਦਾ ਇਹਦੀ ਹੋਣੀ ਨਹੀਂ, ਜਿਹ 'ਚ ਉਹ ਨਾਮ ਨਾ ਹੋਵੇ ਬੇਬੀ ਦਾ। ਦੱਸ ਉਹ ਵਿਚਾਰੀ ਛੋਟਾ ਜਿਹਾ ਬੇਬੀ ਆ ਹਜੇ, ਉਈ ਦੀਪਾ ਹੋਰ ਗੱਲ ਇਹ ਗੱਲਾਂ ਗੱਡੀ ਯੂਟਿਊਬ ਤੋਂ ਬਾਬਾ ਐ ਤੱਕ ਵਾਦੀ ਲੈ ਲਓ ਕਿ ਇਹ ਉਹੀ ਆ ਕਿ ਹਾਂ ਸਾਨੂੰ ਡੋਨੇਸ਼ਨ ਚਾਹੀਦੀ ਆ, ਸਾਨੂੰ ਪੈਸੇ ਚਾਹੀਦੇ ਆ, ਵਿਆਹ ਕਰਨਾ ਵਾ, ਸਾਨੂੰ ਡੋਨੇਸ਼ਨ ਚਾਹੀਦੀ ਆ, ਹੈਲਪ ਹੈਲਪ ਕਰੋ, ਸਲਫਾਸ ਖਾ ਲਈ, ਹੈ ਨਾ। ਅਤੇ ਹੁਣ ਆ ਐਡੀਆਂ ਐਡੀਆਂ ਗੱਡੀਆਂ ਰੱਖੀ ਫਿਰਦੇ ਆ, ਤੁਸੀਂ ਜਿਹਨਾਂ ਤੋਂ ਪੈਸੇ ਲਏ ਉਹਨਾਂ ਦੇ ਪੈਸੇ ਹੀ ਵਾਪਸ ਕਰ ਦਿਉ। ਮੈਂ ਸੁਣਿਆ ਜਿਨ੍ਹਾਂ ਨੇ ਹੈਲਪ ਕੀਤੀ ਤੁਹਾਡੀ ਉਹਨਾਂ ਦੇ ਪੈਸੇ ਵਾਪਸ ਕਰ ਦਿਉ। ਹੈਲਪ ਵੜਿਆ ਨੇ ਕੀਤੀ ਆ, ਸ਼ਰਮੋ ਗੱਲ ਬਾਹਰ ਨਹੀਂ ਆਹੀ। ਇਸ ਸਕੂਟਰ ਤੇ ਵੀ ਬੜੀ ਹੈਲਪ ਕਰਦਾ ਰਿਹਾ, ਸਕੂਲ ਟਾਈਮ ਸਕੂਟਰ ਬਣਿਆ ਹੁੰਦਾ ਸੀ, ਪੂਰਾ ਤਿੰਨ ਤਿੰਨ ਚੜਾ ਕੇ ਗੇੜੇ ਦਵਾਉਂਦਾ ਸੀ, ਰੋਸਟ ਨਹੀਂ ਕਰਨਾ ਚਾਹੁੰਦੇ। ਚਲੋ ਬਾਕੀ ਵਾਲੀਆਂ ਗੱਲਾਂ ਨਹੀਂ ਕਰਦੇ, ਕਰਦੇ ਆ ਵੀਡੀਓ ਸ਼ੁਰੂ। ਬਾਕੀ ਇਹ ਦੋਵੇਂ ਕਾਰਾਂ ਲਿਸ਼ਕਣ ਦੀਆਂ, ਦੋਵੇਂ ਕੀ ਇੱਧਰ ਵੀ ਆ ਵੀ ਕਾਰ ਲਿਸ਼ਕਣ ਦੀ ਆ, ਆਹੋ ਬੱਸ ਵਿੱਚ ਬੇੜਾ ਕਰਕੇ ਹੁਣ ਸੰਦੇਪ ਤਾਂ ਮੰਮੀ ਲੱਗੇ ਰੋਟੀ ਖਾਣ, ਫਿਰ ਲੈ ਡੈਡੀ ਨੇ ਸਾਨੂੰ ਐ ਲੱਗਦਾ ਵੀ ਕੱਪੜੇ ਕੁਪੜੇ ਧੋਣ ਲੱਗੇ ਹੋਏ ਆ ਜਾਂ ਲੁੱਡੀ ਪਾਉਣ ਲੱਗੀ ਆ ਸੰਦੀਪ ਨਾਲ ਮੰਮੀ ਕਰਨ ਲੱਗੀ ਆਸ਼ਕੇ। ਸਾਨੂੰ ਤਾਂ ਪਤਾ ਹੀ ਨਹੀਂ ਕਿ ਰੋਟੀ ਖਾਂਦੀ ਪਈ ਆ ਮੰਮੀ। ਨਿਊਡਲ ਸਭ ਚੁੱਕੀ ਜਾਣ ਡਿਆ, ਸ਼ੁਕਰ ਕੀ ਕਰੇ ਉੱਥੇ ਸੰਦੀਪ ਨੂੰ ਅੱਜ ਚਾਟ ਨੂੰ ਇਹ ਦੱਸ ਨਿਊਡਲ ਤੇ ਚਾਟ ਦੇ, ਨਿਊਡਲ ਤੇ ਚਾਟ ਨਾਲ ਪੁੱਛਿਆ ਕਿਹੜੀ ਸ਼ੂਗਰ ਹਿੱਲਦੀ ਆ। ਓਏ ਸਿਧਰਾ ਆਏ ਤੂੰ ਵਾਕਈ ਉਹ ਸੰਦੀਪ, ਆਰੇ ਜਰਮਨ ਸ਼ਾਫਟ ਇੱਥੇ ਬੰਨਾ, ਆ ਜਰਮਨ ਸ਼ਾਫਟ ਬੰਨਾ, ਆ ਤੁਹਾਨੂੰ ਗੱਡੀ ਦਾ ਇੰਟੀਰੀਅਰ ਦਿਖਾਵਾਂ। ਬਾਕੀ ਕੂਸਾ ਬਣਿਆ ਦੇਖ ਲਓ ਕੀ ਹੋਇਆ, ਕੀ ਕਹੀਏ ਨੂੰ। ਛੋੜਨੇ ਪਈ ਅੱਜ ਭਾਬੀ ਹੋਣੀ ਘਰੇ ਅੱਗੇ ਰੈਡੀ ਕਰਨ ਵਾਸਤੇ, ਸੰਦੀਪ ਰੈਡੀ ਹੋ ਰਹੀ ਹੁਣ, ਪਰ ਭਾਬੀ ਹੋਣਾਂ ਦਾ ਸਮਾਨ ਤਾਂ ਨਹੀਂ ਹੈਗਾ, ਫਿਰ ਵੀ ਮਾੜਾ ਮੋਟਾ ਰੈਡੀ ਕਰ ਲੈਣਗੇ। ਬਰਫ਼ ਤੋੜਨ ਵਾਲਾ ਸੂਆ ਬਣਿਆ ਹੋਇਆ ਸਲੂਨ ਦੇ ਵਿੱਚ ਸਮਾਨ ਰਹਿ ਗਿਆ, ਨੇ ਟਾਈਮ ਦੱਸਿਆ ਉਹਨਾਂ, ਫਿਰ ਮੈਂ ਫੋਨ ਕੀਤਾ, ਉਹ ਆਏ ਨੇ ਘਰੇ। ਅੱਛਾ ਰੈਡੀ ਕਰ ਲਿਆ, ਸੰਦੀਪ ਹੀ ਹੋ ਗਈ ਹੈ ਰੈਡੀ। ਅੱਛਾ ਤੇ ਹੁਣ ਮੈਂ ਤਾਂ ਰੋਸਟ ਵਾਲੀ ਗੱਲ ਬੋਲ ਰਹੀ ਨਹੀਂ, ਤਾਂ ਤੂੰ ਜਰੀ ਨਹੀਂ ਗੱਲ ਸਾਨੂੰ ਯਾਰ, ਦਿਖਾਇਆ ਹੀ ਨਹੀਂ ਗਾ ਭਾਬੀ, ਗਲਤ ਗੱਲ ਆ ਯਾਰ, ਪ੍ਰੋਪਰ ਦਿਖਾਇਆ ਕਰੋ ਨਾ ਕਿਵੇਂ ਕਿਵੇਂ ਰੈਡੀ ਹੋਣ ਲੱਗੇ ਹੋ, ਕੀ ਕਰਨ ਲੱਗੇ ਹੋ, ਉੱਥੋਂ ਦਿਖਾਇਆ ਕਰੋ ਰੈਡੀ ਹੋਣ ਤੋਂ ਸ਼ੁਰੂ ਤੋਂ ਸ਼ੁਰੂ। ਬੰਦਾ ਤੂੰ ਆਪਦੀ ਗੱਲ ਕਰ, ਹਾਂਜੀ ਮੈਂ ਉਹ ਆਵੇ ਇਹਦੇ ਮੂੰਹ ਤੇ ਮਾਰੇ ਥੱਪੜ, ਤੇ ਇਹਨੂੰ ਕਵੇ ਕਿ ਆ ਤੈਨੂੰ ਸਹਿਨ ਸਹਿਨ ਨਹੀਂ ਗੀ ਬੋਲਣ ਦੀ ਕਿ ਤਿਆਰ ਹੋ ਗਈ, ਰੈਡੀ ਹੋ ਗਈ, ਜੇ ਹੋ ਗਿਆ ਵੋ ਹੋ ਗਿਆ। ਉਹਨੂੰ ਦੇਖਣ ਆਏ ਲੋਕ, ਸੰਦੀਪ ਹੋ ਗਈ ਰੈਡੀ, ਹਾਂਜੀ ਦੇਖ ਲਓ ਜੀ,
ਉਹਨੂੰ ਹੀ ਦੇਖਣ ਆਇਆ ਉਸਤਾਦ, ਤਾਂ ਹੀ ਤਾਂ ਭੈਣ ਵਿਊ ਪੈਂਦੇ ਭੈਣ ਨਿਕਲਿਆ ਮੂੰਹ ਚੋਂ, ਸੋਰੀ ਰੋਸਟਿੰਗ ਵਾਲੇ ਨਾ ਜਾਗ ਜਾਂਦੇ ਇਹਨਾਂ ਨੂੰ ਦੇਖ ਕੇ, ਇਹਨੂੰ ਤੇ ਬਾਵੇ ਨੂੰ ਦੇਖ ਕੇ। ਟਾਈ ਲਗਾ ਲਈਏ ਜੀ ਆਹ ਵਾਲੀ। ਅੱਛਾ ਜੀ, ਜੀਨ ਦੀ ਪੈਂਟ ਨਾ ਲਾਏਗਾ ਟਾਈ ਵੀ ਮੈਂ ਚੱਲਿਆ ਥੋੜਾ ਅੱਗੇ ਜਾ ਕੇ ਦੱਸ ਦਿਓ ਤੁਹਾਨੂੰ ਆਪਣਾ ਕਿੱਧਰ ਦਾ ਪਲੈਨ ਆ। ਕੋਟ ਪੈਂਟ ਪਾ ਕੇ ਜਿਮ ਚੱਲਿਆ ਸੰਧਾ ਜਾਂ ਸਵੀਮਿੰਗ ਕਰਨ ਚੱਲਾਂ, ਉਮੀਦ ਕਰਦਾ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਗੇ, ਤੇ ਜਿਹੜੇ ਤੇ ਚੈਨਲ ਸਾਡੇ ਤੇ ਨਵੇਂ ਨੇ ਚੈਨਲ ਨੂੰ ਜਰੂਰ ਕਰ ਦਿਓ ਸਬਸਕ੍ਰਾਈਬ। ਅੱਜ ਆਪਾਂ ਚੱਲੇ ਆ ਵਿਆਹ, ਇਹ ਵੀ ਆਪਣਾ ਬੁੱਝ ਦਾ ਖਾਸ ਹੀ ਆ ਵਿਆਹ, ਆਪਾਂ ਜਾਣਾ ਅੱਜ ਅੰਮ੍ਰਿਤਸਰ ਅਜਨਾਲੇ। ਹਾਂ, ਤੇ ਜਿਨ੍ਹਾਂ ਦੇ ਮੂੰਹ ਤੇ ਕਰੀਮ ਲਾਈ ਆ ਇਸ ਬੰਦੇ ਨੇ ਪੱਕਾ, ਟੈਂਪੂ ਸਕੂਟਰ ਨੇ ਮੂੰਹ ਤੇ ਕਰੀਮ ਲਾਈ ਆ, ਕਰਦਾ ਨੀ ਆਏ ਗਲੋ ਤਾਂ ਦੇਖਦਾ ਐ ਲਸ਼ਕਾ ਮਾਰਦਾ ਫਿਰ ਚੰਗੇ ਤਾਂ ਹੋਏ ਹੁੰਦੇ ਨੇ। ਭਰਜਾਈ ਰੇਡੀਅਮ ਟੇਪ ਵੀ ਬਣੀ ਫਿਰਦੀ ਆ ਜਿਹੜੀ ਟਰੱਕਾਂ ਦੀ ਨਿਓਨ ਲਾਈਟ ਦੀ ਆ, ਕਿਉਂ ਖਤਰਾ ਹੈ ਵੀ ਰੁਕ ਜੋ ਸਟਾਪ ਵਾਲੀ ਨਿਊਨ ਟੇਪ ਬਣੀ ਹੋਈ ਆ। ਸਭ ਤੋਂ ਵੱਡਾ ਖਤਰਾ ਤਾਂ ਉਹ ਚ ਬਹੁਤ ਹੀ ਵਧੀਆ ਜਿਹਨੂੰ ਕਹਿੰਦੇ ਆ ਨਾਲ ਆ ਪਾਲਾ ਮੇਰੇ ਓਏ ਹੋਏ ਸਹੀ ਆ ਉਹਦਾ ਦੋ ਵਿਆਹ ਤੇ ਪਾਲੀ ਜੇ ਜਹਾ ਪਾਲਾ ਵੀ ਚੰਗੀ ਆ। ਓਏ ਆਟੋ ਓਏ ਪੱਪੂ ਉਹਦੀ ਖੇਹ ਕਰਾਈ ਨਾ ਆ ਦੋ ਵਿਆਹਾਂ ਤੇ ਪਾ ਲਈ ਆ ਪਾਲਾ ਕਹਿੰਦਾ ਹੋਣਾ ਉਹ ਵੀ ਦੇਖ ਲਾ ਕੇ ਆਹ ਕਲਿੱਪ ਬਣਾਉਣ ਵਾਲੀ ਉਹਦੀ ਜੁੱਤੀ ਚੱਕ ਕੇ ਆ ਲਓ ਆਹ ਪਾ ਲਓ ਆਹ ਚੱਕ ਕੇ ਜੁੱਤੀ ਆਹ ਪਾ ਲਓ ਫਲਾਨਾ ਕਰ ਯਾਰ ਕੀ ਵਲੋਗਿੰਗ ਇਹਨਾਂ ਦੇਖੋ ਬਸ ਸਵਾਦ ਲਓ ਫਸ ਫਲਾਨੇ ਦੀ ਆਹ ਪਾ ਜਾ ਜਿਹੜੀ ਉਹ ਪਾ ਜਾ ਤੂੰ ਪਾ ਲਾ ਉਹ ਤਿੱਖੀ ਵਾਲੀ ਤੂੰ ਪਾ ਲਾ ਸਹੀ ਹੈ ਸਹੀ ਹੈ ਜੇ ਸਮਝ ਲਾ ਫੋਨ ਦੇ ਸਹੀ ਲੱਗਣ ਦੀ ਨਾ ਫਿਰ ਸਮਝ ਲਾ ਵੀ ਸਹੀ ਹੈ ਪਰ ਜੇ ਤੂੰ ਮੇਰੇ ਹਿਸਾਬ ਨਾਲ ਕਿੰਨੀ ਦੂਰੋਂ ਦੇਖੀ ਜਾਂਦਾ ਉਹ ਦੇਖੀ ਲੰਗੀ ਹੁਣ ਪਾਈ ਹੈ ਚੁੰਨੀ ਬਾਚੇ ਕਰਾ ਅੱਗੇ ਜਾ ਹਾਂ ਆ ਤਾਂ ਇਹਨਾਂ ਗੱਲ ਆ ਹੋਈ ਗੱਲ ਹੁਣ ਤਾਂ ਵੀਰੋ ਆਉਣੇ ਆ ਚੱਲੀ ਮੰਮੀ ਆਪਾਂ ਤੇ ਹੋ ਗਏ ਤਿਆਰ ਪੂਰਾ ਆਪਾਂ ਰੈਡੀ ਆ ਹੈ ਮੰਮੀ ਹੁਣ ਤਾਂ ਭਾਂਡੇ ਦੀ ਗਿਆ ਭਾਂਡਿਆਂ ਨੇ ਤਾਂ ਵਿਊ ਦਿਵਾਉਣੇ ਆ ਆ ਸੈਂਸ ਆ ਬੰਦਾ ਕਹਿੰਦਾ ਕਿ ਤੂੰ ਨਾਲ ਖੜੀ ਆ ਮੇਰੇ ਹਨਾ ਕਿ ਪ੍ਰੋਪਰ ਚੁੰਨੀ ਚੰਨੀ ਸੈੱਟ ਕਰਕੇ ਕੱਢ ਚੁੰਨੀ ਲੈ ਪ੍ਰੋਪਰ ਆਪਣਾ ਇਹਨੂੰ ਜਿਵੇਂ ਉਹ ਕੁੜੀਆਂ ਇੱਥੇ ਅਟੈਚ ਕਰ ਲੈਂਦੀਆਂ ਹੁੰਦੀਆਂ ਨੇ ਚੁੰਨੀ ਦੋਨੇ ਸਾਈਡ ਤੋਂ ਗਿਆ ਪ੍ਰੋਪਰ ਤੇਰਾ ਗਲਾ ਦਿਖਣਾ ਨਹੀਂ ਚਾਹੀਦਾ ਵਧੀਆ ਇੱਕ ਘੈਂਟ ਲੁੱਕ ਦੇ ਵਿੱਚ ਖੜਾ ਹਨਾ ਚੁੰਨੀ ਸਾਈਡ ਕਰਾ ਦਿੱਤੀ ਉੱਤੋਂ ਕਹਿ ਰਿਹਾ ਹੁਣ ਬਣੀ ਗੱਲ ਕੋਲਿਆ ਕਹਿੰਦਾ ਹਾਂ ਹੁਣ ਬਣੀ ਗੱਲ ਉਹ ਵਾਕਿਆ ਜਿਹੜਾ ਉਹ ਇੱਕ ਪਾਕਿਸਤਾਨੀ ਨੇ ਕਿਹਾ ਨਾ ਕਿਹਾ ਵੀ ਇਹ ਚੂਹੀ ਮੂੰਹਾਂ ਵਾਕਈ ਇਹ ਜੈਨੂਅਨ ਕਿਸਮ ਦਾ ਆਰਾਮ ਦਾ ਜੈਨੂਅਨ ਆਰਾਮ ਦਾ ਇਹ ਜੈਨੂਅਨ ਕਿਸਮ ਦਾ ਟੋਪਾ ਇਹ ਵੀ ਲੈਟ ਜੀ ਹੋ ਗਏ ਤਿਆਰ ਗੁੜੀਆ ਡੀ ਆਏ ਤਾਂਕਨ ਥੋੜੀ ਠੀਕ ਨਹੀਂ ਆਏ ਹੁਣ ਤੁਰ ਪਏ ਆਪਾਂ ਇਹਨੂੰ ਬੂਟ ਦਾ ਇੱਕੋ ਹੀ ਪਾਇਆ ਇੱਕ ਗੱਡੀ ਚ ਗੱਡੀ ਕੱਢਾ ਹੁਣ ਬਾਹਰ ਗੱਡੀ ਨਹੀਂ ਧੋਤੀ ਗੱਡੀ ਦਾ ਬਹੁਤ ਮਾੜਾ ਹਾਲ ਕੰਦੀ ਬੜੀ ਹੋਈ ਦਰਵਾਜ਼ਾ ਡੇ ਮਾਰਨਾ ਡੇ ਮਾਰ ਗੱਡੀ ਵੇਖੋ ਕਿਤੇ ਚਿਕੜੋ ਚਿਕੜੀ ਹੋਈ ਕਿ ਨਹੀਂ ਬਹੁਤ ਮੰਦਾ ਹਾਲ ਗੱਡੀ ਦਾ ਚਿਕੜੋ ਚਿਕੜੀ ਯਾਰ ਤੂੰ ਸਿੰਦਰਾ ਤਾਂ ਨਹੀਂ ਗੱਡੀ ਚਿਕੜੋ ਚਿਕੜੀ ਹੋਈ ਗੱਡੀ ਚਿਕੜੋ ਚਿਕੜੀ ਹੋਈ ਕਿੱਥੇ ਚਿਕੜੋ ਚਿਕੜੀ ਹੋ ਗਈ ਹੁਣ ਲੰਮੀ ਬਹਿ ਗਈ ਹੁਣ ਆ ਗੱਡੀ ਦੇ ਗੱਡੀ ਦੇ ਗਈ ਨਾ ਹੁਣ ਆ ਵਲੌਗ ਦੇ ਉੱਤੇ ਵਿਊ ਆ ਜਾਣੇ ਆ ਠੀਕ ਆ ਤੇ ਉਹ ਤੋਂ ਪੈਸੇ ਆਉਣਗੇ ਧਵਾ ਲਈ ਜਾ ਕੇ ਓਦਾਂ ਦਾ ਰੋਣੀ ਜੇ ਨਾ ਵਲੌਗ ਚੱਲਿਆ ਫਿਰ ਖੜ ਜਾਓਗੇ ਆ ਕੇ ਸਾਨੂੰ ਗੱਡੀ ਧਵਾਉਣ ਲਈ ਡੋਨੇਸ਼ਨ ਦੇ ਦਿਓ ਜੀ ਸਾਨੂੰ ਲੋੜ ਆ ਗੱਡੀ ਧਵਾਉਣੀ ਆ ਸੀ ਇਹੀ ਕੰਮ ਤੋਂ ਆਉਂਦੇ ਆ 20 35 ਲੱਖ ਗੱਡੀ ਦਾ ਲਾਤਾ ਤੇ ਧੋਣ ਦਾ ਹੀ ਬੰਦਾ ਰੱਖ ਲੈ ਇੱਕ ਗਲੀਆਂ ਦਾ ਮਾੜਾ ਹਾਲ ਆ ਤੇ ਹਾਂ
ਗੱਡੀਆਂ ਦਾ ਪਤਾ ਆਹੋ ਤਾਂ ਇਹ ਤੋਂ ਡਿਗਿਆ ਹੀ ਨਾਲੇ ਜਿੱਤੇ ਪਾ ਦੋ ਕਿੱਤੇ ਪਾ ਦੋ ਉਲਟ ਲੈ ਗਈ ਕਿੱਤੇ ਪਾਤਾ ਮਾਰਾ ਦੇ ਬਾਪੂ ਦੇ ਮੂੰਹ ਤੇ ਗਾਣਾ ਲੱਗਾ ਨਹੀਂ ਭੰਗੜਾ ਪਹਿਲਾਂ ਪੈਣ ਲੱਗ ਪਿਆ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਰਾਜੀ ਖੁਸ਼ੀ ਜਾਈਏ ਰਾਜੀ ਖੁਸ਼ੀ ਆਈਏ ਨੰਗ ਰਹਿਣੇ ਮੈਂ ਕਿਹਾ ਤੇਲ ਪਵਾ ਲਈਏ ਗੱਡੀ ਦੇ ਵਿੱਚ ਰੁਕੇ ਸੀਗੇ ਪੈਟਰੋਲ ਪੰਪ ਤੇ ਇਹ ਆਪਾਂ ਕਿੱਥੇ ਪਹੁੰਚ ਗਏ ਭਲਾ ਕਥੋਂ ਨਕਲ ਪਹੁੰਚ ਗਏ ਜੀ ਗੁੜੀਆ ਕਰਕੇ ਥੋੜ੍ਹੇ ਰਸਤੇ ਰੁਕਣਾ ਪੈਂਦਾ ਠੀਕ ਨਹੀਂ ਹੈ ਗੁੜੀਆ ਗੁੜੀਆ ਕਰਕੇ ਰੁਕਣਾ ਪੈ ਗਿਆ ਸੀਗਾ ਥੋੜ੍ਹਾ ਜਿਹਾ ਤੱਕਰ ਪੈ ਗਿਆ ਸੀ ਇੱਦਾਂ ਕਰਕੇ ਯਾਰ ਹੱਦ ਹੁੰਦੀ ਆ ਕੋਈ ਕੰਟੈਂਟ ਹੈਗਾ ਤੁਹਾਡੇ ਕੋਲ ਕੋਈ ਮੈਸੇਜ ਹੈਗਾ ਕੁਛ ਅਕਲ ਹੈਗੀ ਆ ਕੁਛ ਸੈਂਸ ਹੈਗੀ ਆ ਪੜ੍ਹ ਹੀ ਲੈਣਾ ਸੀ ਥੋੜ੍ਹਾ ਅਤੇ ਥੋੜ੍ਹੀ ਜਿਹੀ ਅਕਲ ਆ ਜਾਂਦੀ ਕਿ ਹਾਂ ਵੀ ਕਿਹੜੀ ਚੀਜ਼ ਦੇ ਉੱਤੇ ਵੀਡੀਓ ਬਣਾਉਣੀ ਆ ਕਿਹੜੀ ਚੀਜ਼ ਬਣਾਉਣੀ ਨਹੀਂ ਬਣਾਉਣੀ ਜੇ ਘਰਦਾ ਸੀ ਗੱਡੀ ਜਾਂਦੇ ਸੀ ਸਟੋਰੀ ਪਾ ਲਈ ਤੀ ਜਾਂ ਆਪ ਜਾਂਦੇ ਸੀ ਘਰਦਾ ਨਾਲ ਜਾਂਦੇ ਮਾੜਾ ਫੋਨ ਲੱਗਦਾ ਘਰਦੇ ਨਾਲ ਹੀ ਫੋਨ ਛੱਡ ਦੇ ਤੂੰ ਗੱਡੀ 'ਤੇ ਆਉਂਦੇ ਏਅਰਪੋਰਟ ਰੋਡ ਹਵਾਈ ਅੱਡਾ ਅੰਮ੍ਰਿਤਸਰ ਦਾ ਆਪਾਂ ਪਹੁੰਚ ਗਏ ਬੱਬੂ ਰਿਜ਼ੋਰਟ ਆਪਾਂ ਇਜ਼ੀ ਲੱਭ ਗਿਆ ਇੰਨਾ ਔਖਾ ਨਹੀਂ ਹੈਗਾ ਨਿਗਾਹ ਪੈ ਗਈ ਇੰਨਾ ਦੂਰ ਤੋਂ ਹੀ ਗੱਡੀ ਦਾ ਬਹੁਤ ਮੰਦਾ ਹਾਲ ਹੋਇਆ ਅੱਜ ਵੈਸੇ ਧੋਣੀ ਚਾਹੀਦੀ ਟਾਈਮ ਨੀ ਮਿਲਿਆ ਰਾਤੀ ਕਿਉਂਕਿ ਆਪਾਂ ਘੱਟੋ ਘੱਟ ਨੀ ਤੇ 10 ਵਜੇ ਦੇ ਲਾਗੇ ਚਾਗੇ ਘਰੇ ਆਏ ਆ ਫਿਰ ਧੋਣੀ ਕਿਹੜੇ ਵਾਲੇ ਫਿਰ ਜਲਦੀ ਉੱਠ ਗਏ ਦੋ ਤਿੰਨ ਦਿਨ ਪਕੌੜੇ ਬੜੇ ਚੱਲਣ ਡੇ ਅੱਜ ਤੇ ਆਪਾਂ ਮੈਂ ਥੋੜੇ ਪਾਏ ਤਿੰਨ ਦਿਨ ਹੋ ਗਏ ਲਗਾਤਾਰ ਤੂੰ ਥੋੜੇ ਤਾਂ ਪਾਏ ਕਿਉਂਕਿ ਤੂੰ ਬਲੌਗ ਬਣਾਉਂਦਾ ਪਿਆ ਤੂੰ ਆਪਦੀ ਖੇਹ ਨਹੀਂ ਕਰਾਉਣੀ ਉਹਨਾਂ ਦਾ ਜਲੂਸ ਕਰਾਉਣ ਲਈ ਆ ਉਹ ਪਲੇਟ ਭਰ ਲਈ ਡੈਡੀ ਚਾਟ ਵੀ ਖਾਈ ਜਾਂਦਾ ਆ ਡੈਡੀ ਉਹ ਫਿਰ ਉਹ ਗੱਲ ਉਹ ਡੈਡੀ ਨੂੰ ਕਰ ਲਾ ਸਗੋਂ ਸਰਬਾਸ ਨੇ ਤਾਂ ਤੇਰੀਆਂ ਨਸਾਂ ਖੋਲਤੀਆਂ ਹੋਣੀਆਂ ਹੁਣ ਤਾਂ ਵਾਧੇ ਕਾਏ ਕਰ ਇਹਦੇ ਲੱਫੜ ਜਦੋਂ ਪਹਿਲਾਂ ਉਹ ਡੈਡੀ ਨੂੰ ਕਰ ਲਾ ਭਾਂਡੇ ਧੋਈ ਜਾਂਦੀ ਆ ਉਹ ਵਾਲਾ ਕੰਮ ਹੋ ਜਾਣਾ ਜਿਵੇਂ ਕਾਰਪੋਰੇਟਰ ਸਾਫ ਹੁੰਦਾ ਨਾ ਪੈਟਰੋਲ ਪਾ ਕੇ ਹੈਨਾ ਚਟਨੀ ਮਿੱਠੀ ਹੈ ਨਾ ਬਹੁਤ ਹੀ ਥੋੜੀ ਹੁੰਦੀ ਫਿਰ ਯਾਰ ਅੱਛਾ ਪੇਸਟੀ ਖਾਣੀ ਪੇਸਟੀ ਮਿੱਠੀ ਹੈ ਪਾਗਲ ਆ ਨੂਣ ਵਾਲੀ ਪੇਸਟੀ ਦੇਖੀ ਆ ਕਾਫੀ ਪੀਟਰ ਬਣਿਆ ਪੀਟਰ ਖਾ ਬਲੌਗ ਦੇ ਚੱਕਰਾਂ 'ਚ ਦੇਖ ਲਾ ਸੜਾ ਕੀ ਕਰੀ ਜਾਂਦਾ ਕਦੇ ਕੀ ਚੱਕ ਲਿਆਉਂਦਾ ਕਦੇ ਜੁੱਤੀ ਚੱਕ ਲਿਆਉਂਦਾ ਉਹਨੂੰ ਪਤਾ ਹੋਰ ਕੁਝ ਆਈ ਨਹੀਂ ਜੁੱਤੀ ਜਦੋਂ ਫੜਾਈ ਸੀ ਉਹਨੂੰ ਉਸ ਤੋਂ ਬਾਅਦ ਹੱਥ ਧੋਲੇ ਸੀ ਕਿ ਇੱਦਾਂ ਹੀ ਚੱਲੀ ਜਾਂਦਾ ਖਾਣ ਪੀਣ ਦਾ ਕੰਮ ਜਾਂ ਉਹਦੇ ਭਾਂਡੇ ਦਿਖਾਉਣ ਦਾ ਬਸ ਉਹ ਵਿਊ ਹੀ ਉੱਥੋਂ ਹੋਣੇ ਆ ਸ਼ੂਗਰ ਉੱਥੇ ਕੀ ਕਰੇ ਆ ਤੀਜੀ ਪਲੇਟ ਤੇ ਹੋ ਗਈ ਹੈ ਹੈ ਡੈਡੀ ਖਾਣ ਦੇ ਮਸਤ ਡੈਡੀ ਡੈਡੀ ਨੇ ਵਿੱਚ ਫਰੂਟ ਚਾਟ ਵਿੱਚ ਨੂਡਲ ਸਭ ਚੁੱਕੀ ਜਾਣ ਡਿਆ ਸ਼ੂਗਰ ਕੀ ਕਰੇ ਉੱਥੇ ਆਪਾਂ ਖਾਂਦੇ ਜਿਹਨਾਂ ਨੇ ਤਾਕਤ ਆਉਣੀ ਚੀਜ਼ਾਂ ਨਾਲ ਗੋਵਾ ਵਾ
ਠੀਕ ਹੈ ਆਪਣਾ ਜ਼ਿਆਦਾ ਗਵਾਵਾ ਫੇਵਰੇਟ ਹੈ ਤਾਕਤ ਨਹੀਂ ਬੁੱਤ ਬਾਹਰੋਂ ਖਾਧਾ ਨਹੀਂ ਜਾਂਦਾ ਉਹਦੇ ਤੋਂ ਇੱਥੇ ਤਾਕਤ ਹੈ ਆ ਸਾਲਾ ਤਾਕਤ ਦਾ 14-20 ਰੁਪਏ ਦੇ ਕਿਲੋ ਆ ਜਾਂਦੇ ਆ ਉਹ ਅਮਰੂਦਾਂ ਦੀ ਗੱਲ ਕਰਦਾ ਕਹਿੰਦਾ ਤਾਕਤ ਆਉਣੀ ਸੋਨਾ ਹੀਰਾ ਵੀ ਜਿਦੇ ਕਿਨਾਰ ਦੇਖ ਲਿਆ ਇਹਨਾਂ ਨੀਂਦ ਨੀ ਆਉਂਦੀ ਹੋਣੀ ਇਹਨੂੰ ਭੈਣ ਚੋਦ ਨੂੰ ਇਹੋ ਜਿਹਾ ਜਿਦੇ ਅਨਾਰ ਖਾਧਾ ਉਹਨਾਂ 5 ਦਿਨ ਟੱਟੀ ਨੀ ਜਾਂਦਾ ਹੁੰਦਾ ਵੀ ਕੱਢਣਾ ਹੀ ਨੀ ਅੰਦਰ ਹੀ ਰੱਖਣਾ ਪਾ ਲਿਆਂਦਾ ਠੀਕ ਹੈ ਵਿਆਹ ਬੰਦੇ ਨੇ ਕੀ ਵੇਖਣਾ ਆਹ ਹਾਲ ਜੇ ਵੇਖੋ ਉਹ ਚਲ ਗਈ ਜੀ ਕੱਪੜੇ ਉਤਾਰ ਦੇ ਤੂੰ ਤਾਂ ਵਿਆਹ ਹੀ ਦੇਖ ਰਿਹਾ ਆ ਰੱਖੇ ਇੱਧਰ ਪੈਂਟ ਦੇ ਦਿਓ ਕਮੀਜ਼ ਪਾ ਜਵਾਗੜੀ ਦੇ ਪੈਰਾਂ ਤੋਂ ਜਰਾਬਾਂ ਵੀ ਲਾਤੀਆਂ ਕੀ ਆ ਕੀ ਕਹਿੰਦਾ ਫਰਸ਼ ਦੇ ਉੱਤੇ ਫਿਰੀ ਜਾਂਦੀ ਆ ਉੱਥੇ ਹੀ ਪੈਂਟ ਤੇ ਕਹਿੰਦਾ ਕਮੀਜ਼ ਵਿਆਹ ਬੰਦੇ ਨੇ ਕੀ ਵੇਖਣਾ ਆਹ ਹਾਲ ਜੇ ਵੇਖੋ ਉਹ ਚਲ ਗਈ ਜੀ ਕੱਪੜੇ ਉਤਾਰ ਦੇ ਆ ਰੱਖੇ ਇੱਧਰ ਪੈਂਟ ਦੇ ਦਿਓ ਕਮੀਜ਼ ਪਾਈ ਆ ਪੈਂਟ ਤੇ ਕਮੀਜ਼ ਘੱਟ ਲਿਬੜਨੀ ਜ਼ਿਆਦਾ ਪੈਂਟ ਲਿਬੜਨੀ ਡੈਡੀ ਮਗਰ ਮਗਰ ਜਵਾਕ ਨੂੰ ਛੱਡਿਆ ਪਿਆ ਉੱਥੇ ਖੇਡੀ ਕਿੱਡੇ ਬੇਅਕਲ ਲੋਕ ਨੇ ਯਾਰ ਇਹ ਉਹ ਨਾਲ ਵੀ ਬੰਦਾ ਖੜਾ ਹੀ ਆ ਅੰਦਰ ਤੇ ਰੌਲਾ ਬੜਾ ਆਪਾਂ ਅੰਦਰ ਗਏ ਆ ਬਹੁਤ ਬੁਰਾ ਹਾਲ ਆ ਅੰਦਰ ਰੌਲਾ ਨਹੀਂ ਹੈਗਾ ਅੰਦਰ ਗਾਣੇ ਚੱਲ ਰਹੇ ਆ ਬਹੁਤ ਜ਼ਿਆਦਾ ਕੀਤੀ ਹੋਈ ਅੰਦਰ ਵਲੌਗ ਨਹੀਂ ਮੰਨਣਾ ਇਸ ਤਰ੍ਹਾਂ ਕਾਪੀਰਾਈਟ ਲੱਗ ਜਾਣਾ ਤੇ ਗੱਡੀ ਤੁਹਾਨੂੰ ਪੈਸੇ ਨਹੀਂ ਆਉਣੇ ਅੰਦਰ ਕਾਪੀਰਾਈਟ ਜੀ ਤਾਂ ਕਰਕੇ ਅੰਦਰ ਰੌਲਾ ਲੱਗਦਾ ਸਾਰੇ ਜਿਹੜੇ ਸਿਆਣੇ ਬੰਦੇ ਉਹ ਬਾਹਰ ਹੀ ਬੈਠੇ ਹੋਏ ਤਾਂ ਜਿਨ੍ਹਾਂ ਦੇ ਧੜਕਣ ਧੜਕਣ ਵੱਧਦੀ ਉਹ ਇੱਧਰ ਹੀ ਆਏ ਫੁੱਦੂ ਕਹਿੰਦਾ ਤੂੰ ਸਿਆਣਾ ਸਾਡੀ ਹਰਗੁਣਾ ਉਹ ਘੁੰਮ ਰਹੀ ਆ ਸ਼ਕੀਨੀ ਮਾਰਨ ਦੀ ਸ਼ਕੀਨੀ ਕਹਿੰਦੀ ਠੰਡ ਬੜੀ ਲੱਗਣ ਦੀ ਹੁਣ ਮਤਲਬ ਕਹੇ ਕੋਟੀ ਪਾ ਲਓ ਟਾਈ ਟਾਈ ਦੇਖੋ ਸੰਦ ਦੀ ਕਿੱਥੇ ਲਾਇਆ ਬੈਠਾ ਦੇ ਕੀ ਇਦਾਂ ਵੀ ਪਈ ਟਾਈ ਇੱਧਰ ਇੱਧਰ ਟਾਈ ਆਈ ਪਈ ਆ ਵਿੱਚੋਂ ਬਾਹਰ ਨਿਕਲੀ ਪਈ ਆ ਟਾਈ ਲੈ ਕੇ ਲੈ ਲੈ ਫੂਸ ਲੈ ਖਾ ਲਿਆ ਵਾਧੇ ਨੇ ਓਏ ਹੁਣ ਫਰਿਆ ਬੈਠਾ ਇਹ ਤਾਂ ਲੈ ਕੀ ਹੋਇਆ ਬੈਠਾ ਉਹ ਦੇ ਲੈ ਭਰਜਾਈ ਨਾਲ ਕੀ ਬਣੀ ਬੈਠੀ ਹੈ ਉਹ ਦੇ ਲੈ ਜੋਨੀ ਲੀਵਰ ਗੱਡੀ ਚ ਆ ਗਈ ਕੋਟੀ ਪਈ ਗੁਬਾਰਾ ਲੈ ਆਈ ਦਾਦੀ ਨੂੰ ਤੰਗ ਕਰਕੇ ਗੁਬਾਰਾ ਫੇਰੇ ਕਰਾ ਕੇ ਆ ਗਏ ਦੀਦੀ ਹੁਣ ਗੁਬਾਰਾ ਲਿਆਈ ਆ ਗੁਬਾਰੇ ਨੂੰ ਪੈਸੇ ਤੂੰ ਕਿਵੇਂ ਦੇ ਦੇ ਤੇ ਐਡਾ ਦਿਲ ਕਿਵੇਂ ਕਰ ਲਿਆ ਆਹ ਘਰਦਿਆਂ ਲੈ ਕੇ ਤਾਂ ਗੁਬਾਰਾ ਲਿਆਈ ਮੰਮੀ ਨੂੰ ਤੰਗ ਕਰਕੇ ਕਹਿੰਦਾ ਉਹੀ ਮੈਂ ਇਹ ਤਾਂ ਲੈ ਕੇ ਦੇਣ ਵਾਲਾ ਹੈ ਨਹੀਂ ਤੈਨੂੰ ਕਿਹਨੇ ਰਾਈਡ ਦਿੱਤਾ ਤੈਨੂੰ ਕਿਹਨੇ ਰਾਈਡ ਦਿੱਤਾ ਕਿ ਉਹ ਕਪਲ ਜਿਹੜਾ ਵਾ ਉਹਦੀ ਵੀਡੀਓ ਬਣਾਉਣ ਦਾ ਏਦਾਂ ਯੂਟਿਊਬ ਦੇ ਉੱਤੇ ਪਾਉਣ ਦਾ ਤੈਨੂੰ ਰਾਈਡ ਕਿਹਨੇ ਦੇਤਾ ਸੰਦੀਪ ਤੇ ਮੰਮੀ ਖਾ ਲੈਣਗੇ ਬਾਅਦ ਚ ਅੱਜ ਇੱਕੋ ਫੁਲਕਾ ਖਾਧਾ ਜਿੰਨਾ ਦਿਲ ਨੇ ਕੀਤਾ ਪਹਿਲਾਂ ਏਡਾ ਪਹਿਲਾਂ ਜਿਹੜੀਆਂ ਪਲੇਟਾਂ ਸਿੱਟਤੀਆਂ ਏਡੀਆਂ ਭਰ ਭਰ ਕੇ ਅੱਧਾ ਡਸਟਬਿਨ ਦਾ ਤੂੰ ਫੁੱਲ ਕੀਤਾ ਪਿਆ ਖਾ ਖਾ ਕੇ ਜਿਹੜੀਆਂ ਪਲੇਟਾਂ ਸਿੱਟੀਆਂ ਉਹਦੇ ਤੇ ਹੁਣ ਉਹ ਅੱਜ ਦਿਲ ਨੀ ਕਰਦਾ ਰੋਟੀ ਦਾ ਪਾਪੇ ਦੀ ਪਲੇਟ ਵੀ ਦਿਖਾ ਦੇਣੀ ਸੀ ਉਹ ਬੈਠਾ ਹੀ ਸਾਈਡ ਤੇ ਆ ਉਹ ਇਹਦੇ ਵਿੱਚ ਆਉਂਦਾ ਹੀ ਨਹੀਂ ਪਿਆ ਜੇ ਜਦੋਂ ਦਾ ਖਾ ਰਿਹਾ ਉਹ ਸਾਈਡ ਤੇ ਬੈਠਾ ਯਾਰ ਕੀ ਦਿਮਾਗ ਖਰਾਬ ਕਰੀ ਜਾਂਦਾ ਭੌਂਕੀ ਜਾਂਦਾ ਬੈਠਾ ਜੀ ਡਰੋਨ ਚੱਲਣ ਡਿਆ ਠੀਕ ਆ ਹੌਲੀ ਹੌਲੀ ਖਾਓ ਮੈਂ ਡਰੋਨ ਚੱਲਣ ਡਿਆ ਗੁਬਾਰਾ ਕਿੱਥੇ ਗੁਬਾਰਾ ਓਏ 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 ਆਈ ਗੁਬਾਰਾ
ਫਿਰ ਅਸੀਂ ਮਤਲਬ ਡਰੈਸ ਨੂੰ ਪਾਈ ਨਹੀਂ, ਲੰਘਾ ਟਾਈਮ ਆਏ ਨੇ ਪਾਣੀ ਕਿੱਦਾਂ ਡੋਲਿਆ ਹੋਇਆ, ਕਹਿੰਦੀ ਬੋਤਲ ਮੈਨੂੰ ਗਲਾਸੀ ਫੜਾ ਦੋ ਪਾਣੀ ਵਾਲੀ। ਸੰਦੇਪ ਤਾਂ ਮੰਮੀ ਲੱਗੇ ਰੋਟੀ ਖਾਣ, ਫਿਰ ਰੋਟੀ ਖਾ ਕੇ ਤੇ ਘਰ ਨੂੰ ਚੱਲ ਜਾਣਾ ਜਲਦੀ ਹੁਣ, ਕਿਉਂਕਿ ਗੁੜੀਆ ਬਹੁਤ ਜ਼ਿਆਦਾ ਤੰਗ ਕਰਨ ਡੀ। ਉਹ ਪਤਾ ਕੀ ਕਹਿੰਦੀ, ਕਹਿੰਦੀ ਮੈਨੂੰ ਨੀਚੇ ਉਤਾਰੋ ਵੀ, ਨੀਚੇ ਹੁਣ ਜਗ੍ਹਾ ਗਿੱਲੀ ਆ ਜੀ, ਆਪ ਜਗ੍ਹਾ ਬਹੁਤ ਗਿੱਲੀ ਆ, ਥੱਲੇ ਬਹਿ ਕੇ ਥੋੜੀ ਰੋਟੀ ਖਾਣੀ ਆ, ਜਗ੍ਹਾ ਗਿੱਲੀ ਆ, ਜਗ੍ਹਾ ਏਦਾਂ ਜਗ੍ਹਾ ਓਦਾਂ, ਜਗ੍ਹਾ ਤੋਂ ਕੀ ਲੈਣਾ, ਜਗ੍ਹਾ ਗਿੱਲੀ ਆ ਥੱਲੇ, ਪੂੰਜੇ ਬਹਿ ਕੇ ਰੋਟੀ ਖਾਣੀ ਆ ਸੰਦੋ। ਇਸ ਕਰਕੇ ਨੀਚੇ ਆਪਾਂ ਤਾਰਦੇ ਨੀ ਹੈਗੇ ਬਹੁਤਾ ਜ਼ਿਆਦਾ ਜੀ। ਹੁਣ ਵੀ ਫਰਸ਼ ਦਿਲ ਹੁਣ ਵੀ ਗਿੱਲੀ ਜਗ੍ਹਾ ਜ਼ਿਆਦਾ ਲਾਉਂਦੇ ਨੀ ਅਸੀਂ, ਪਹਿਲਾਂ 15 ਮਿੰਟ ਫਰਸ਼ ਤੇ ਲਿਟੀ ਗਿਆ ਜਵਾਕ, ਹੁਣ ਫੇਰ ਫਰਸ਼ ਦੇ ਉੱਤੇ ਹੀ ਆ। ਇਹ ਕੀ ਯਾਰ ਜੀ, ਹੁਣ ਗਿੱਲਾ ਨੀ ਹੈਗਾ ਫਰਸ਼ ਥੱਲੇ ਜੀ, ਤੇਰੇ ਆਪਦੇ ਬਿਆਨ ਹੀ ਨਹੀਂ ਕਰਦੇ ਜੈਨੂਅਨ। ਮੰਮੀ ਦੇ ਖਾਣ ਨੀ ਤੁਸੀਂ ਖਾਓ, ਖਾਧਾ ਨੀ ਜਾਂਦਾ, ਖਾ ਲਓ ਖਾ ਲਓ ਖਾ ਲਓ, ਧੱਕੇ ਨਾਲ ਮੂੰਹ ਪਾਈ ਜਾਂਦਾ ਧੱਕੇ ਨਾਲ, ਨੱਚਦੀ ਹੈ ਗਾਣੇ ਦੇ ਨਾਲ ਨਾਲ। ਅੱਛਾ ਤੁਰਨ ਲੱਗਦੇ ਨਾ ਤੇ ਥੋੜਾ ਜਿਹਾ ਵੀ ਕੱਪੜੇ ਕੁਪੜੇ ਘੱਟ ਲਿਬੜਨ ਗਏ, ਜਿੰਨਾ ਚਿਰ ਤੁਰਦੀ ਨਾ ਚਿਰ ਕੱਪੜੇ ਬੜੇ ਲਿਬੜਦੇ, ਇਹ ਬੜੀ ਦਿੱਕਤ ਆਈ। ਕਹਿੰਦੀ ਮੈਨੂੰ ਭੁੰਜੇ ਤਾਰੋ ਜੋ ਮਰਜ਼ੀ ਹੋ ਜਾਏ ਮੈਨੂੰ। ਇਹਨੇ ਕਿਹਾ ਨਾ ਕਿ ਥੱਲੇ ਫਰਸ਼ ਗਿੱਲਾ ਵਾ, ਠੰਡ ਵੀ ਆ, ਹਵਾ ਵੀ ਚੱਲਦੀ ਆ, ਇਹਨੇ ਪਿੱਛੇ ਕਿਹਾ ਆ ਜਵਾਕ ਦੇ ਦੋ ਨੰਗੇ ਪੈਰੀ ਆ, ਫਰਸ਼ ਵੀ ਗਿੱਲਾ ਸਭ ਕੁਛ, ਇਹ ਦਾਗ ਲਾ ਸਾਲੇ ਨੂੰ, ਬੂਟ ਵੀ ਲੈ ਕੇ ਗਏ ਆ, ਜਰਾਬਾਂ ਵੀ ਲੈ ਕੇ ਗਏ ਆ, ਨਾਲ ਐਕਸਟਰਾ ਕੱਪੜੇ ਵੀ ਲੈ ਕੇ ਗਏ ਆ, ਪਾ ਦੋ ਕੀ ਹੋ ਜੂਗਾ, ਇਹ ਧੋਣੇ ਪੈ ਗਏ, ਮੌਤ ਪੈ ਜੂਗੀ, ਧੋਣੇ ਪੈ ਜਾਣਗੇ ਵੀ ਕਿਹੜਾ ਪਾਵੇ ਨਾ ਘੱਟ ਆ, ਉਹ ਜਵਾਕ ਦੇ ਵਾਲ ਇਕਟਾਈ ਜਾਂਦੇ ਨੇ ਕਿ ਵਾਲ ਪਾਉਣੇ ਨਾ ਪੈਣ, ਫਿਰ ਹੁੰਦੀ ਹੈ ਨਹੀਂ ਤੇ ਉੱਚੀ ਉੱਚੀ, ਫਿਰ ਸਾਡੇ ਮੈਂ ਤਾਰਾਂ ਨਹੀਂ ਡਿਆ, ਤੁਹਾਡੇ ਰਿਸ਼ਤੇਦਾਰ ਆ ਗਏ ਕਹਿੰਦੇ ਤਾਰ ਦੇ, ਤੂੰ ਕੁੜੀ ਨੂੰ ਕਰਵਾਉਣ ਡਿਆ, ਫਿਰ ਮੈਂ ਤਾਰ ਦਿੱਤਾ ਰਿਸ਼ਤੇਦਾਰਾਂ ਨੇ ਕਵਰ ਅਨਾਰ ਆ, ਇਹ ਸੇਬ ਆ ਡੈਡੀ, ਕੇਲਾ ਏ, ਯਾਰ ਤੂੰ ਤੇਰਾ ਦਿਮਾਗ ਆ ਕੀ ਆ, ਤੂੰ ਬਾਕੀ ਦਿਮਾਗ ਤੋਂ ਪੈਦਲ ਆ, ਤੂੰ ਜੈਨੂਅਨ ਕਿਸਮ ਦਾ ਜਵਾਕ ਹੈ ਜੀ, ਛੋਟਾ ਹੋਏ ਕੀ ਆ ਇਹ ਜਵਾਕ ਤੰਗ ਤਾਂ ਨੀ ਕਰ ਰਿਹਾ ਵੈਸੇ, ਜਿਹੜਾ ਇਹਨੇ ਟਾਈਟਲ ਪਾਇਆ ਸੀ ਹਰਗੁਣ ਨੇ ਕੀਤਾ ਬਹੁਤ ਤੰਗ, ਤੰਗ ਤਾਂ ਲੱਗ ਹੀ ਨੀ ਰਿਹਾ ਕਿਤੋਂ, ਜਵਾਕ ਤਾਂ ਸਭ ਖੁਸ਼ ਆ, ਉਹ ਤਾਂ ਇੰਜੋਏ ਕਰਦਾ ਪਿਆ ਵਿਆਹ ਨੂੰ ਪ੍ਰੋਪਰ, ਗੁੱਡੀ ਆਪਣੀ ਤੰਗ ਕਰਨ ਡਈ, ਹੁਣ ਜਾ ਕੇ ਗੱਡੀ ਚ ਬੈਠਣ ਲੱਗੇ, ਡੈਡੀ ਕਹਿੰਦੇ ਆਪਾਂ ਆ ਗਏ 5 ਮਿੰਟ ਦੇ ਵਿੱਚ, ਚਲੋ ਸਹੀ ਹੈ, ਇਹ ਕੁਝ ਉੱਥੇ ਖਾਣ ਦੇ ਹੁਣ ਨੀ, ਚੌਲ ਸਵਾਦ ਲੱਗੇ ਥੋੜੇ ਦੇਰ, ਥੋੜੇ ਥੋੜੇ ਚੌਲ ਖਾਣ ਡੀ ਹੁਣ, ਤੂੰ ਦੱਸੇਗਾ ਕਿਵੇਂ ਪਾਲਣਾ, ਚੌਲ ਥੋੜੇ ਥੋੜੇ ਤੇ ਜਾਂ ਆਪਣਾ ਪਿਆਜ਼ ਹੋ ਗਿਆ, ਮੂਲੀ ਹੋ ਗਈ, ਇਹ ਚੀਜ਼ਾਂ ਖਾਂਦੀ ਆ, ਹੁਣ ਮਿੱਠਾ ਬਿਲਕੁਲ ਨਹੀਂ ਖਾਂਦੀ, ਬਰਫੀ ਦੇਤੀ ਤੇ ਉਹਦੇ ਜ਼ਿਆਦਾ ਕੰਮ ਖਰਾਬ ਹੋ ਜਾਣਾ, ਬਰਫੀ ਗੁਲਾਬ ਜਾਮੁਨ ਏਦਾਂ ਦਾ ਜ਼ਹਿਰੀਲਾ ਹੋ ਗਿਆ, ਇਹ ਚੀਜ਼ਾਂ ਨਾ ਜਿਹਦੇ 'ਚ ਜ਼ਿਆਦਾ ਮਿੱਠਾ, ਉਹ ਚੀਜ਼ਾਂ ਬਿਲਕੁਲ ਨਹੀਂ ਨੇ ਖਾਣੀਆਂ। ਬਾਕੀ ਇਹ ਦੋਵੇਂ ਕਾਰਾਂ ਲਿਸ਼ਕਣ ਡੀਆਂ ਦੋਵੇਂ, ਕਿ ਇੱਧਰ ਵੀ ਆ ਵੀ ਕਾਰ ਲਿਸ਼ਕਦੀ ਆ, ਆਹੋ ਬੱਸ ਵਿੱਚ ਬੇੜਾ ਕਰਕੇ, ਉਹ ਤੇਰੀ ਹੈ ਨਾ ਤਾਂ ਕਰਕੇ ਬੇੜਾ ਕਰਕੇ, ਉੱਥੇ ਕੁਝ ਨਹੀਂ ਖਾਧਾ ਤੇ ਹੁਣ ਚੌਲ ਖਾਣ ਦੀ ਕੋਸ਼ਿਸ਼ ਕੀਤੀ, ਤਾਂ ਤੈਨੂੰ ਆਉਂਦੀਆਂ ਗੱਲਾਂ ਹੁਣ ਬੇੜਾ ਕਰਕੇ।
ਉਹ ਤਾਂ ਆ ਗਈ ਤੇ ਡਾਲੀ ਨਾ ਕਰਕੇ ਮਿਹਨਤ ਤੇ ਲੱਗਦਾ ਪਾ ਜੀ ਜੀ ਤੇ ਸਾਫ ਕੇ ਰੱਖਦਾ ਲੈ ਵੀ ਆ ਗਈ ਡੈਡੀ ਹੁਣੀ ਅੱਛਾ ਆਪਣੇ ਮੁੰਡਾ ਬਚਣਾ ਗਿਆ ਮੈਂ ਉੱਥੇ ਕੁਝ ਨਹੀਂ ਖਾਧਾ ਵੇਖ ਲਾ ਲੈ ਚਮਚਾ ਸੁੱਟਤਾ ਉੱਥੇ ਕੁਝ ਨਹੀਂ ਖਾਧਾ ਇੱਥੇ ਆਣ ਕੇ ਹੁਣ ਚੌਲ ਖਾਣ ਦੀ ਆ ਖੁਸ਼ ਹੋ ਗਏ ਭਾਜੀ ਲੈ ਨਾਲ ਜੀ ਅੰਮ੍ਰਿਤਸਰ ਵਾਲਾ ਪਾਪੜੇ ਮੈਨੂੰ ਲੱਗਾ ਦੋ ਲਫਾਫੇ ਫੜੇ ਆ ਇੱਕ ਬੈਗ ਆ ਤੈਨੂੰ ਇੰਨਾ ਕੋਲ ਖੜਾ ਤੈਨੂੰ ਇਹ ਪਰਸ ਦੇ ਪਏ ਲਫਾਫੇ ਚ ਫਰਕ ਹੀ ਨਹੀਂ ਪਤਾ ਕਿ ਫਰਕ ਛੱਟੀ ਯਾਰ ਕੀ ਬੰਦਾ ਯਾਰ ਕੀ ਤੂੰ ਆਈਟਮ ਕੀ ਆ ਕਮਲਾ ਇਹ ਚ ਅੱਧਾ ਮੰਮੀ ਨੇ ਅੱਧਾ ਉਹਨੇ ਖਾ ਲਿਆ ਅੱਧਾ ਉਹ ਆਪ ਖਾ ਗਿਆ ਮੰਮੀ ਵਿਚਾਰੀ ਦਵਾ ਮੈਂ ਦੁਬਾਰਾ ਜਾਊਗੀ ਲੈਣ ਬੰਦਾ ਸ਼ਰਮੋ ਸ਼ਰਮੇ ਗਿਆ ਉਹਦੇ ਆਂਟੀ ਨੇ ਵੀ ਪਿੱਛੋਂ ਤੋੜ ਕੇ ਦਿੱਤਾ ਚਲੋ ਮਾੜਾ ਜਿਹਾ ਇੱਕਦਮ ਇਹਨੂੰ ਵੀ ਤੁਸੀਂ ਕਹਣਾ ਕਿ ਖੁਸ਼ ਹੋਣ ਦੀ ਹੁਣ ਖਾਣਾ ਚੌਲ ਖਾਣਾ ਪੈਰ ਵੇਖੀ ਜਾਣ ਦੀ ਹੁਣ ਆਪਣੇ ਚਲੋ ਚੱਲ ਗਏ ਚਲੋ ਜਿਹੜੇ ਚੱਲ ਛੱਡੀ ਦੇ ਕਿਉਂਕਿ ਵਿਊ ਹੀ ਨੀ ਪੈਂਦੇ ਚਲੋ ਜੀ ਕੁੜੀ ਮੇਰੇ ਵਾਹਿਗੁਰੂ ਬੋਲਤਾ ਹੁਣ ਚੱਲ ਗਏ ਘਰ ਨੂੰ ਜਾਣ ਦੀਆਂ ਤਿਆਰੀਆਂ ਹੋ ਗਈਆਂ ਆਪਣੀਆਂ ਜਲਦੀ ਉਹ ਫੋਨ ਛੱਡ ਦਿਆ ਕਰੋ ਗੱਡੀ ਚਲਾਉਣ ਲੱਗਿਓ ਅੱਗ ਫੜੋ ਮੇਰਾ ਬੈਲਟ ਔਖਾ ਹੋ ਕੇ ਲਾਈਦਾ ਚੱਲੀਏ ਪਾਣੀ ਤਾਂ ਨਹੀਂ ਪੀਣਾ ਇਹਨੇ ਹਰ ਕੋਨੇ ਲੈ ਚੌਲ ਤੇ ਤਾਂ ਬਾਹਰ ਕੱਢਣ ਡਈ ਇਹ ਐ ਵੀ ਬਟਾਲੇ ਪਹੁੰਚ ਗਏ ਆਪਾਂ ਸ਼ਿਵਰਾਤਰੀ ਆਉਣ ਵਾਲੀ ਨਾ ਤਾਂ ਕਰਕੇ ਹਾਂ ਠੀਕ ਯਾਰ ਭੰਗੜਾ ਪਾਉਣ ਡਿਆ ਹੋਵੇ ਸ਼ਿਵਜੀ ਹੋ ਗਏ ਨਾ ਸ਼ਿਵਜੀ ਬਲਦ ਤੇ ਸਹੀ ਗੱਲ ਡੀ ਜੇ ਸਿਸਟਮ ਲਾਇਆ ਰੋਡ ਤੇ ਕਿੱਥੇ ਗਏ ਬਾਕੀ ਡੀ ਜੇ ਸਿਸਟਮ ਰੋਡ ਤੇ ਨਹੀਂ ਲਾਇਆ ਹੋਇਆ ਡੀ ਜੇ ਸਿਸਟਮ ਛੋਟੇ ਹਾਥੀ ਟੈਂਪੂ ਦੇ ਉੱਤੇ ਲਾਇਆ ਹੋਇਆ ਤੇ ਉਹ ਨਾਲ ਲੈ ਕੇ ਜਾ ਰਹੇ ਆ ਤੈਨੂੰ ਦਿਖਦਾ ਕੀ ਆ ਤੂੰ ਬੋਲਦਾ ਕੀ ਆ ਤੇਰਾ ਦਿਮਾਗ ਕੀ ਆ ਤੂੰ ਬੰਦਾ ਕੀ ਆ ਤੂੰ ਐਟਮ ਹੈ ਕੀ ਉਸਤਾਦ ਇਹ ਤਾਂ ਦੱਸ ਦੇ ਤੈਨੂੰ ਬੋਲਣ ਦਾ ਨੀ ਪਤਾ ਲੱਗਦਾ ਤੈਨੂੰ ਦਿਖਾਉਣ ਦਾ ਨੀ ਪਤਾ ਲੱਗਦਾ ਤੂੰ ਕੀ ਦਿਖਾਉਣਾ ਕੀ ਬੋਲਣਾ ਕੀ ਗੱਲ ਕਰਨੀ ਆ ਬਸ ਫੋਨ ਚੱਕ ਲਿਆ ਕੈਮਰਾ ਚੱਲਦਾ ਜੋ ਮੂੰਹ ਚ ਆਇਆ ਬੱਗੀ ਜਾਓ ਬੱਗੀ ਜਾਓ ਬੱਗੀ ਜਾਓ ਤੇਰਾ ਤੇ ਬਾਬੇ ਦਾ ਹਿਸਾਬ ਇੱਕੋ ਹੀ ਆ ਜਲਦੀ ਖਤਮ ਕਰ ਭਰਾ ਵੀਡੀਓ ਮਸਾ ਦੇਖਦੇ ਆ ਆ ਕੌਣ ਨਾਲ ਜਿਹੜੇ ਨੱਚਦੇ ਅੱਛਾ ਮੈਂ ਤੇ ਲੌਂਗ ਜੰਪ ਲਾ ਰਹੇ ਆ ਓਏ ਨੱਚਣ ਡੇ ਆ ਨੱਚਣ ਡੇ ਰ
ਰਸਤੇ ਦੇ ਵਿੱਚ ਸਲਾਹ ਬਦਲ ਗਈ ਆ ਹੁਣ ਚੱਲੇ ਆ 10 ਮਿੰਟ ਕਰਨ ਦੀ ਹੋਣਾ ਵਾਲੇ ਜੀ ਜਾਈ ਤੇ ਗਏ ਨੇ ਕੰਮ ਤੇ ਕਾਲ ਕੀਤੀ ਸਲਾਹ ਨਹੀਂ ਬਦਲੀ ਵਲੌਗ ਦੇਖਿਆ ਕਿੰਨੇ ਮਿੰਟ ਦਾ ਹੋਇਆ ਹਜੇ 8 ਮਿੰਟ ਦਾ ਆਇਆ 10 ਮਿੰਟ ਦਾ ਉਹ ਹਜੇ ਬੈਕਅਪ ਪਲਾਨ ਹੈ ਕਿਰਨ ਦੀਦੀ ਇਹਨਾਂ ਦਾ ਉਹ ਫਿਰ ਕਿਰਨ ਦੀਦੀ ਵੱਲ ਜਾਣਾ ਹੁਣ 4 ਮਿੰਟ 5 ਮਿੰਟ ਕਿਰਨ ਦੀਦੀ ਵੱਲ ਕੱਢਣੇ ਤੇ 15 ਮਿੰਟ ਦਾ ਵਲੌਗ ਫਿਰ ਹੋਣਾ ਡਨ ਫਰੂਟ ਲੈਣ ਡੇ ਕਿਹਦਾ ਹੁਣ ਕੇਲੇ ਲੈ ਕੇ ਆਊਗਾ ਮੈਨੂੰ ਲੱਗਦਾ ਫਰੂਟ ਲੈਣ ਗਏ ਆਉਣੀ ਕੰਪਨੀ ਵਾਲੀ ਚੇਚਾ ਪਰਸ ਚੋਂ ਕੱਢਿਆ ਓਹੋ ਆਂਟੀ ਕਿੱਡਾ ਔਖਾ ਕੰਮ ਕਰਨਾ ਪੈ ਗਿਆ ਤੁਹਾਨੂੰ ਪਹੁੰਚ ਗਏ ਕਿਰਨ ਦੀਦੀ ਵੱਲ ਅੱਛਾ ਬਹੁਤ ਜੀ ਹਾਂ ਮਿੰਟ ਮੈਂ ਉਹ ਚੱਲੀਆਂ ਲੰਘਦੇ ਕਿ ਖੇਲੇ ਕੇਲੇ ਹੀ ਆ ਮੈਨੂੰ ਲੱਗਦਾ ਹਾਂਜੀ ਅਭੀ ਉੱਠ ਖਲੋਤਾ ਸ਼ੇਰ ਅਸੀਂ ਏਦਾਂ ਵਿਆਹ ਤੇ ਪੀ ਕੇ ਆਏ ਹਾਂ ਤੇ ਫਿਰ ਤੈਨੂੰ ਨਾ ਪੀ ਆਹੋ ਨਾ ਪੀ ਤੈਨੂੰ ਕਿਹੜਾ ਕਿਹਾ ਅੱਜ ਦਾ ਗਲਾਸ ਚੱਕ ਰਿਹਾ ਸੀ ਥੋੜੀ ਕੀਤਾ ਵਾ ਤੇਰੇ ਨਾਲ ਕਿ ਤੂੰ ਪੀ 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 ਨਾ ਪੀ ਤੈਨੂੰ ਕਿਹਾ ਨਹੀਂ ਕਿਸੇ ਨੇ ਕਿ ਪੀਣਾ ਹੀ ਪੀ ਕੋਲ ਲੱਗੀ ਕਹਿ ਦੇਗਾ ਚੱਲ ਲੈਣ ਦੇ ਫਿਰ ਤੂੰ ਠੀਕ ਹੈ ਡੈਡੀ ਵੇਖ ਲੈ ਦੋ ਦਿਨ ਹੋ ਗਏ ਵਿਆਹ ਵੇਖਣ ਡਿਆ ਕੋਈ ਲਿਆਂਦੀ ਕਿਤੇ ਚੀਜ਼ ਵੇ ਕੋਈ ਚੀਜ਼ ਨਹੀਂ ਲਿਆਂਦੀ ਸਭ ਕੁਝ ਆਪਣੀ ਪੁੱਤਰੀ ਨੂੰ ਖਵਾਈ ਜਾਣ ਡੇ ਕਹਿੰਦੇ ਵੈਸੇ ਪੁੱਤ ਚੀਜੀ ਉਹ ਚੀਜੀ ਜਦੋਂ ਜਵਾਕ ਤੇਰਾ ਵੱਡਾ ਹੋਊਗਾ ਸਕੂਲ ਜਾਊਗਾ ਦੇਖੂਗਾ ਵੀਡੀਓ ਕੀ ਸੋਚੂਗਾ ਕਿ ਮੇਰਾ ਭਾਪਾ ਕਰਦਾ ਰਹਿੰਦਾ ਮੈਨੂੰ ਖਾਣ ਨੂੰ ਵੀ ਨੀ ਦਿੰਦਾ ਸੀ ਠੀਕ ਆ ਬੋਲੀ ਜਾਂਦਾ ਆਹ ਕੀ ਖਾ ਰਿਹਾ ਆਹ ਕੀ ਕਰਦਾ ਆਹ ਕੀ ਪਾਇਆ ਆਹ ਕੀ ਕੀਤਾ ਆਹ ਕੀ ਕਰਦਾ ਤੰਗ ਕਰਤਾ ਉਠਾਤਾ ਕੱਪੜੇ ਲਾਏ ਹਰ ਗੁਨ ਇਹ ਕੀਤਾ ਹਰ ਗੁਨ ਉਹ ਕੀਤਾ ਹਰ ਗੁਨ ਸਾਨੂੰ ਇਹ ਕਹਿੰਦਾ ਹਰ ਗੁਨ ਆਹ ਕਰਤਾ ਮਤਲਬ ਤੁਹਾਡੇ ਕੋਲ ਆਪਦੇ ਕੋਲ ਜਮਾ ਹੀ ਕੰਟੈਂਟ ਹੈ ਨੀ ਏਡੇ ਰੇਸ਼ਮ ਦਾ ਫੋਨ ਲੈ ਲੈ ਕਹਿੰਦਾ ਉਹ ਸਰ ਗਿਆ ਸੀ ਉਹ ਆਪਣਾ ਜਿਹੜਾ ਵਾਲ ਜਿਹਾ ਪ੍ਰੈਸ ਕਰਨ ਵਾਲਾ ਹੁੰਦਾ ਚਿਮਟਾ ਜਿਹਾ ਪਹੁੰਚ ਗਏ ਆਪਾਂ ਘਰੇ ਵਾਲ ਪ੍ਰੈਸ ਕਰਨ ਵਾਲਾ ਚਿਮਟਾ ਉਹਨੂੰ ਵੀ ਜਲੀਲ ਕਰਤਾ ਸਟੇਟਨਰ ਕਹਿੰਦੇ ਆ ਸਟੇਟਨਰ ਸਟੇਟਨਰ ਉਹ ਅਗਲੇ ਨੇ ਇਹਨਾਂ ਦਾ ਮੰਗਿਆ ਉਹਨੂੰ ਵੀ ਜਲੀਲ ਕਰਤਾ ਵੀਡੀਓ ਚ ਸਰ ਗਿਆ ਕਹਿੰਦਾ ਉਹ ਚਿਮਟੇ ਜਿਹਾ ਸਟੇਟਨਰ ਕਹਿੰਦੇ ਉਹਨੂੰ ਥੋੜਾ ਜਿਹਾ ਪੜ੍ਹ ਲਿਖ ਲਈਦਾ ਹੁੰਦਾ ਜਾਂ ਗੂਗਲ ਤੋਂ ਲਿਖ ਸਰਚ ਕਰ ਲਓ ਕਿਆ ਲਿਖ ਕੇ ਕੀ ਕਹਿੰਦੇ ਉਹਨੂੰ ਜਾਂ ਕੀ ਨਹੀਂ ਕਹਿੰਦੇ ਠੀਕ ਆ ਫਿਰ ਬੋਲ ਲਿਆ ਕਰੋ ਆਪਣੇ ਉਹਦੇ ਵਿੱਚ ਕਿ ਤੁਹਾਨੂੰ ਦੇਖਣ ਵਾਲਿਆਂ ਨੂੰ ਜਿਹੜੇ ਤੁਹਾਡੇ ਦੇਖਦੇ ਆ ਫੈਮਿਲੀ ਬੱਚੇ ਆ ਜਿਹੜੇ ਵੇਖਦੇ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਹੁਣ ਅਗਲਾ ਕੋਈ ਜਵਾਕ ਦੇ ਦੇਣਾ ਉਹ ਵੀ ਇਹੀ ਕਹੂਗਾ ਬਾਲ ਜੇ ਸਟੇਟ ਕੋ ਸਿੱਧੇ ਕਰਨ ਵਾਲਾ ਚਿਮਟਾ ਚਲੋ ਕਿਤੇ ਤਾਂ ਥੋੜਾ ਜਿਹਾ ਮੈਨੂੰ ਤਾਰ ਦੋ ਮੈਸੇਜ ਦੇ ਦੋ ਉਹ ਤੂੰ ਉੱਤਰ ਜੀ ਲੈ ਮੰਮੀ ਆ ਵੇ ਕਿਦਾਂ ਹਾਏ ਵੇ ਹਾਂ ਹੋਰ ਵੀ ਉਹ ਫਣੀ ਹੋਏ ਬੜੀ ਕਾਲੀ ਹੋ ਡਿੱਗਣਾ ਪਵੇ ਕਿਤੇ ਚਾਬੀ ਪਤਾ ਨਹੀਂ ਕਿੱਥੇ ਮੈਂ ਇੱਕ ਗੱਲ ਹੈਗੀ ਵੀ ਜਦੋਂ ਬੰਦਾ ਘਰ ਆਣ ਕੇ ਨਾ ਕੱਪੜੇ ਕੁਪੜੇ ਪਾ ਲੈਂਦਾ ਨਾ ਆਪਣੇ ਤੇ ਫਿਰ ਬੰਦੇ ਨੂੰ ਚੈਨ ਆ ਜਾਂਦਾ ਜਿੰਨਾ ਚਿਰ ਆ ਮੈਂ ਵੀ ਪਾਇਆ ਨਾ ਤੇ ਨੰਗਾ ਗਿਆ ਨਹੀਂ ਆਇਆ ਜਦੋਂ ਵੀ ਕਿਹੜੇ ਵਾਲੇ ਬੰਦਾ ਵਿਹਲਾ ਹੋਏਗਾ ਹਨਾ ਲਾ ਲਾ ਲੋ ਕੇ ਹਨਾ ਕਰਦੇ ਇਕੱਠਿਆਂ ਦਾ ਜਿੰਨਾ ਪਾਸੋਂ ਜੋ ਸਾਰਾ ਤੇਰੀ ਕੁੜੀ ਇੰਨੇ ਟਾਈਮ ਦਾ ਕੀ ਪਾਇਆ ਹੋਇਆ ਤੂੰ ਇਹ ਉੱਤੇ ਜੇ ਕੱਪੜੇ ਨਹੀਂ ਪਾਏ ਘਰੇ ਆ ਗਏ ਤਾਂ ਆਹ ਕੀ ਪਾਇਆ ਲਫਾਵੇ ਬੰਨ ਕੇ ਪੱਤੇ ਬੰਨ ਕੇ ਫਿਰੀ ਜਾਂਦਾ ਹੈਂ ਤੂੰ ਵਾਕੇ ਯਾਰ ਜੈਨੂਅਨ ਕਿਸਮ ਦਾ ਤੂੰ ਪੂਰਾ
ਰੋਸਟ ਵੀਡੀਓ ਦੱਸਾਂਗੇ ਕੀ ਆ ਜੈਨੂਨ ਕਿਸਮ ਦਾ। ਜਿਹਦਾ ਵੀਡੀਓ ਨੂੰ ਪਿਆਰ ਦਓਗੇ, ਲਾਈਕ ਕਰੋਗੇ, ਸ਼ੇਅਰ ਕਰੋਗੇ, ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਤਾਂ ਦਿਨ ਦੇ ਵਿੱਚ ਦੋ ਪ੍ਰੋਗਰਾਮ ਪੱਕੇ ਆ। ਪੱਕੇ ਪਹਿਲੇ ਵੀਡੀਓ ਨਾਲੋਂ ਇਹ ਤਾਂ ਗਈ ਹੋਈ ਪੱਕਾ ਪੱਕਾ, ਠੀਕ ਆ ਨਾ। ਚੈਨਲ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਚੈਨਲ ਨੂੰ ਲਾਈਕ ਕਰਿਆ ਕਰੋ, ਵੀਡੀਓ ਨੂੰ ਲਾਈਕ ਕਰਦਾ ਕਰੋ। ਚੱਲਦੀ ਚੱਲਦੀ ਨੂੰ ਕੋਈ ਫਰਕ ਨਹੀਂ ਪੈਂਦਾ ਯਾਰ, ਤੁਸੀਂ ਲਾਈਕ ਕਰਨਾ, ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ। ਸਹੀ ਆ, ਹੁਣ ਤੁਹਾਡੇ ਤੇ ਡਿਪੈਂਡ ਆ, ਚਾਹੇ ਯਾਰਾਂ ਦੋਸਤਾਂ ਦੇ ਫੋਨ ਫੜ ਫੜ ਲਾਈਕ ਕਰੋ। ਹਾਂ, ਇਹ ਪਿਆਰ ਦੀ ਗੱਲ ਆ ਬਾਈ, ਠੀਕ ਆ। ਤੁਸੀਂ ਜੇ ਪਿਆਰ ਦਓਗੇ ਤਾਂ ਆਪਾਂ ਕਰਾਂਗੇ, ਤੇ ਮੈਂ ਕਿਹਾ ਦੰਦੇ ਲਵਾ ਦਿਆਂਗੇ ਪ੍ਰੋਗਰਾਮ ਦੇ, ਦੰਦੇ ਪੂਰੇ। ਹੈਂ, ਆਹ ਜਰਾਬਾਂ, ਅੱਛਾ ਜਲਦੀ ਤਾਂ ਕੇ ਮੈਨੂੰ ਮੈਂ ਜੇ ਤੇ ਆ ਜਾਣਗੇ, ਚਲੋ ਵਧੀਆ ਗੱਲ ਆ। ਤੇ ਓਦਾਂ ਦਾ ਕਹਿਣ ਦੇ ਵੀ ਨਹੀਂ ਹੋਣਾ, ਦਿਲ ਕਰਦਾ ਬੰਦਾ ਫੋਨ ਸਿੱਟ ਕੇ ਜਵਾਕ ਫੜਦਾ ਜੇ ਸਿਰ ਕਿੱਡਾ ਬੇਅਕਲ ਬੰਦਾ ਬਾਈ। ਓਹਦੇ ਕੋਰਨਰ ਆ, ਕੋਰਨਰ ਆ, ਅੱਗੇ ਸਿਰ ਤੇ ਵੱਜੇ ਗਲਾਸ ਪਿਆ ਬਾਈ। ਬੰਦੇ ਪੁੱਦੂ ਨੇ ਯਾਰ, ਕੌਣ ਦੇਖਦਾ ਯਾਰ, ਤਾਂ ਹੱਕ ਕੇ ਦੇਖਦੇਗਾ ਕੀ ਹੋਈ ਆ। ਹੋਲੇ ਹੋਲੇ ਗੱਤੀ ਕਰੀ ਸੁੰਦਰ ਕਮਾ ਲਿਆ ਸਾਰੇ, ਬਹੁਤ ਸ਼ਤਾਨੀ ਕਰਦੇ ਤੇਰਾ ਭਲਾ। ਉਹ ਬੰਦਾ ਉੱਤਰਨ ਪੈਂਦੀ, ਉੱਤਰਨ ਪੈਂਦੀ ਤੇ ਜੈਨੂਨ ਤਾਂ ਸਮਝਿਆ, ਉਹ ਜਵਾਬ ਨੂੰ ਕੋਲ ਬਹਿ ਜਾ ਬਈ। ਤੇਰਾ ਬਸ ਟਾਈਮ ਪਾਸ ਕਰ ਰਿਹਾ, ਵੀਡੀਓ ਲੰਬੀ ਕਰ ਰਿਹਾ ਬਸ, ਕਲਿੱਪ ਖਿੱਚੀ ਜਾ ਰਿਹਾ ਬਸ। ਕੀ ਆ, ਬੋਰ ਕਰਦਾ ਯਾਰ, ਉਹਦਾ ਥੋੜਾ ਥੱਲੇ ਨਾ ਜਾ ਪਵੇ, ਥੱਲੇ ਨਾ ਜਾ ਪਈ ਕਿਤੇ। ਲੈ ਪਾ ਲਾ ਪਾ ਲਾ ਪਾ ਲਾ ਪਾ ਲਾ ਪਾ ਲਾ ਪਾਪਾ, ਕਿਵੇਂ ਦੇਖ ਲੈ ਜੇ ਲੋਕ ਯਾਰ ਬਾਈ, ਬਲੇ ਬਲੇ। ਉਹ ਬਸ ਕਰ ਦੇ ਉਹ ਯਾਰ, ਅੱਕ ਗਿਆ ਬਾਈ। ਆ ਇੱਕ ਮਿੰਟ ਦਾ ਰਹਿ ਗਿਆ ਨੇ, ਇੱਕ ਮਿੰਟ ਦੇ ਪਿੱਛੇ ਇਹੀ ਕੁਛ ਕੀਤਾ ਹੁਣ। ਆਹੀ ਬਸ ਇੱਧਰ ਉਹ ਉਕਰ ਗਈ, ਉਹ ਬਚ ਗਈ, ਉਹ ਇੱਧਰ ਇੱਧਰ ਆ ਗਈ, ਬਸ ਇਹੀ ਚੱਲੀ ਜਾਂਦਾ ਹੁਣ। ਕਿਵੇਂ ਦੇਖਦੇ ਆ ਲੋਕੀ ਯਾਰ, ਲੱਖ ਲੱਖ ਦੋ ਦੋ ਲੱਖ ਵਿਊ ਕਿਵੇਂ ਦੇ ਦਿੰਦੇ ਇਹਨਾਂ ਨੂੰ। ਕੀ ਇਹਦੇ ਵਲੌਗ ਚ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਸੀ, ਜਿਹਦਾ ਕੁਛ ਚੱਜਦਾ ਹੁੰਦਾ ਉਹਨੂੰ ਵੀ ਉਹਦੇ ਦੇਖ ਲਓ। ਕੱਪੜੇ ਪਾ ਲਏ ਜੀ, ਜੇ ਕਰ ਲਏ, ਕੱਪੜੇ ਲਾਤੇ ਜੀ, ਘਰੇ ਆ ਗਏ ਆ, ਜੇ ਘਰੇ ਆ ਗਏ ਆ ਉਦੋਂ ਰਿਲੈਕਸ ਮਿਲਦਾ ਜਦੋਂ ਕੱਪੜੇ ਲਾ ਦੋ। ਅੱਗ ਲੱਗੀ ਪਈ ਸੀ ਘਰੇ ਆ ਕੇ ਕੱਪੜੇ ਚੇਂਜ ਕਰਾ, ਹਜੇ ਤੱਕ ਨਹੀਂ ਚੇਂਜ ਕੀਤੇ। ਉਹੀ ਘੰਟਾ ਸਿਰਫ ਉਦੋਂ ਬਣਾਉਣਾ ਬਸ, ਕੰਟੈਂਟ ਕੰਟੈਂਟ ਚਾਹੀਦਾ, ਉਹ ਕਿਸੇ ਤਰ੍ਹਾਂ ਖਿੱਚ ਲਈਏ ਗੱਲ ਨੂੰ ਬਸ। ਮੈਂ ਇਹਨੂੰ ਕਹਾਂ ਤੂੰ ਤੂੰ ਕੀ ਕਰਦਾ ਸੀ, ਮੈਂ ਵੀਡੀਓ ਬਣਾ ਰਿਹਾ ਸੀ, ਖਿੱਚੀ ਜਾਓ ਬਿਨਾਂ ਮਤਲਬ ਤੋਂ ਬਬਲ ਗਮ ਬਣਾ ਕੇ ਨਾ ਗੱਲ ਨੂੰ ਹੀ ਖਿੱਚੀ ਜਾਓ। ਹੁਣ ਆਹ ਕਲਿੱਪ ਕੋਈ ਹੈਗੀ ਸੀ ਦਿਖਾਉਣ ਵਾਲੀ? ਨਹੀਂ, ਨੀ ਵਲੌਗ ਬਣਾਉਣਾ ਜਿਹੜਾ ਉਹਨਾਂ ਦਾ, ਆਪਸ ਚ ਇੱਕ ਦੂਜੇ ਹੀ ਚੱਲੀ ਜਾਂਦਾ। ਉਹ ਬਾਕੀ ਇੱਕ ਤੀਜਾ ਸੀ ਸੀਗਾ ਨਾਲ ਪਹਿਲਾਂ, ਜਿਵੇਂ ਮਿਆਂਕ ਹੁਣ ਦੇ ਐਮਰਜੈਂਸਾ, ਉਹ ਵਲੌਗ ਉਹਨਾਂ ਦਾ ਪਾਉਂਦੇ ਸੀ, ਉਹ ਦੂਜਾ ਉਹਨਾਂ ਦਾ ਪਾਉਂਦੇ ਸੀ, ਮਿਲ ਕੇ ਚੱਲੀ ਜਾਂਦਾ ਕੰਮ। ਜਿਹੜਾ ਕਹਿੰਦੇ ਸਾਡੇ ਸ਼ਰੀਕ ਪੜ ਨਾਲੇ
ਓਏ ਯਾ ਡੈਡੀ ਦੇ ਯਾਰ ਦੋਸਤ ਉਹਦੀ ਆ ਜਿਹੜਾ ਕੀ ਨਾਂ ਸੀ ਉਹਦਾ ਗੋਪੀ ਖਾਪਟ ਖੇੜੀ ਉਹ ਵੀ ਬਣਾਵਾਂ ਗਿਆ ਨਾ ਵੀਡੀਓ ਤੋਂ ਰਿਜ਼ਲਟ ਦੇਖਣਾ ਫਿਰ ਦੇਖਿਓ ਤੇ ਕੀ ਕੀ ਆਈਟਮਾਂ ਲੈ ਕੇ ਆਉਂਦੇ ਆਪਾਂ ਤੁਸੀਂ ਜੇ ਪਿਆਰ ਦੋਗੇ ਵੀਡੀਓ ਨੂੰ ਤਾਂ ਬਾਈ ਬਾਕੀ ਚੁਣੀਆਂ ਹੋਈਆਂ ਆਈਟਮਾਂ ਖਰੀਆਂ ਖਰੀਆਂ ਤੁਸੀਂ ਦੱਸੋ ਬਾਕੀ ਕਿਵੇਂ ਲੱਗੀ ਵੀਡੀਓ ਬਾਕੀ ਟਵਿੱਟਰ ਤੇ ਵੱਧ ਵੱਧ ਅਕਾਊਂਟ ਬਣਾਓ ਤੇ ਕਮੈਂਟਾਂ 'ਚ ਹੈਸ਼ਟੈਗ ਯੂਜ਼ ਕਰੋ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਪ੍ਰੈਸ ਦੀ ਬੈਲ ਆਈਕਨ ਤੇ ਆਲ ਤੇ ਕਰ ਦਿਓ ਕਲਿੱਕ ਤਾਂ ਜੋ ਵੀਡੀਓ ਦਾ ਨਾਲ ਨਾਲ ਪਤਾ ਲੱਗ ਸਕੇ ਇਹਨਾਂ ਦੀ ਵੀਡੀਓ ਦੇਖਿਆ ਕਰੋ ਕਿ ਜਵਾਕਾਂ ਨੂੰ ਕੀ ਸਿਖਾਉਂਦੇ ਆ ਕੀ ਜਵਾਕ ਦੀ ਕੇਅਰ ਕਰਦੇ ਆ ਕੋਈ ਮੈਸੇਜ ਨਹੀਂ ਕੋਈ ਕੁਛ ਨਹੀਂ ਤਾਂ ਇਹਨਾਂ ਦੀ ਡੰਡ ਲੈਂਦੀ ਆ ਬਾਈ ਬਿਲਕੁਲ ਸਹੀ ਆ ਇਹ ਨਹੀਂ ਹੈਗਾ ਬਿਨਾਂ ਮਤਲਬ ਤੋਂ ਚੱਕ ਲਈ ਵੀਡੀਓ ਅਸੀਂ ਵੀਡੀਓ ਬਣਾਉਣ ਲੱਗ ਗਏ ਜਾਂ ਕੋਈ ਵੀ ਬਣਾਉਣ ਲੱਗ ਜੇ ਉਹ ਨਹੀਂ ਹੁੰਦਾ ਕੋਈ ਕੰਟੈਂਟ ਹੀ ਨਹੀਂ ਹੈਗਾ ਕੋਈ ਮੈਸੇਜ ਹੀ ਹੈ ਨਹੀਂ ਕੋਈ ਕਿਸੇ ਨੂੰ ਪੋਜ਼ਿਟਿਵ ਚੀਜ਼ ਹੀ ਨਹੀਂ ਦੇ ਰਹੇ ਜਾਂ ਕੋਈ ਤੁਹਾਨੂੰ ਸਿੱਖਣ ਨੂੰ ਚੀਜ਼ ਨਹੀਂ ਮਿਲਦੀ ਤਾਂ ਬਾਈ ਕਿਉਂ ਇਹਨਾਂ ਨੂੰ ਵਿਊ ਦੇ ਰਹੇ ਹੋ ਕਿਉਂ ਇਹਨਾਂ ਨੂੰ ਸਿਰ ਚੜਾ ਰਹੇ ਹੋ ਇਸ ਕਰਕੇ ਇਹਨਾਂ ਦੀ ਬੇਇੱਜ਼ਤੀ ਦੇ ਡੰਡ ਲੈਣੀ ਜੈਨੂਅਨ ਕਿਸਮ ਦੇ ਟੋਪੇ ਤੇ ਜੈਨੂਅਨ ਕਿਸਮ ਦੇ ਹਰਾਮ ਦੇ ਆ ਤੇ ਚੂਹੀ ਮੂੰਹ ਦਾ ਹੈਗਾ ਹੀ ਹੈਗਾ ਬਾਕੀ ਸੋ ਬਾਕੀ ਮਿਲਦੇ ਅਗਲੀ ਵੀਡੀਓ 'ਚ ਅਡੀਓਸ ਅਮੀਗੋ